ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋ ਮਾਟੀ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤ ਗੁਰ ਆਪਣੇ ਬਲਹਾਰੀ ਜਿਨ ਪੂਰਨ ਪੈਜ ਸਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੱਖੋ ਸਤਨਾਮ ਸ੍ਰੀ ਵਾਹਿਗੁਰੂ ਸਭ ਨਿਸ਼ਚੇ ਕਰਕੇ ਆਖੋ ਸਤਨਾਮ ਸ੍ਰੀ ਤੂੰ ਤੇ ਗੁਰਾਂ ਤੋਂ ਹੀ ਬੇਮੁਖ ਹੋ ਗਿਆ ਦੱਸ ਕਿਵੇਂ ਪਾਰ ਜਾਵੇਂਗਾ ਗੁਰਾਂ ਤੋਂ ਹੀ ਬੇਮੁਖ ਹੋ ਗਿਆ ਬੇਮੁਖ ਹੋ ਗਿਆ ਦੱਸ ਕਿਵੇਂ ਪਾਰ ਜਾਵੇਂਗਾ
ਦਸ ਕਿਵੇਂ ਪਾਰ ਜਾਏਗਾ, ਕਿਵੇਂ ਜੀ ਪਾਰ ਜਾਏਗਾ।
ਪਰਮ ਸਤਿਕਾਰਯੋਗ ਗੁਰੂ ਕਿੱਸਾ ਜੀ ਨੇ ਵਾਜੀ ਹੋਈ ਗੁਰੂ ਸਾਹਿਬ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਰਮ ਪਵਿੱਤਰ ਗੋਦ ਵਿੱਚ ਬੈਠ ਕੇ ਜੀਵਨ ਦੇ ਵਣਮੱਲੇ ਸਵਾਸਾਂ ਦਾ ਲਾਹਾ ਲੈ ਰਹੇ ਹੋ। ਕਾਫੀ ਸਮੇਂ ਤੋਂ ਮਹਾਂਪੁਰਸ਼ਾਂ ਦੇ ਆਪ ਜੀ ਉਹਨਾਂ ਦੇ ਇਲਾਹੀ ਮੁਖੜੇ ਤੋਂ ਇਲਾਹੀ ਬਚਨ ਸੁਣ ਰਹੇ ਸੀ। ਮਨ ਇਕਾਗਰ ਚਿੱਤ ਹੋਵੇ ਤੇ ਸ਼ਾਂਤੀ ਆ ਜਾਂਦੀ ਹੈ। ਆਖੋ ਸਤਨਾਮ। ਖਿਲਰਿਆ ਹੋਇਆ ਮਨ ਗੰਦਗੀ ਤੋਂ ਬਗੈਰ ਕੁਝ ਨਹੀਂ ਫੈਲਾਉਂਦਾ। ਝਾੜੂ ਦਾ ਤੀਲਾ ਤੀਲਾ ਹੋਵੇ ਤੇ ਗੰਦਗੀ ਪਾ ਦਿੰਦਾ, ਪਰ ਅਗਰ ਉਹ ਤੀਲੇ ਇਕੱਠੇ ਕਰ ਲੈ ਜਾਣ, ਇੱਕ ਰੱਸੀ ਨਾਲ ਬੰਨ ਦੇਈਏ ਤੇ ਸਾਰਾ ਘਰ ਸਾਫ਼ ਕਰ ਲਈਦਾ। ਆਖੋ ਸਤਨਾਮ। ਜਿਉਂ ਹੀ ਮਨ ਨੇ ਬੰਨਿਆ ਜਾਣਾ ਇੱਕ ਰੱਸੀ ਵਿੱਚ, ਨਾਮ ਦੀ ਵਿੱਚ, ਜੋ ਗੰਦਗੀ ਇਸਨੇ ਆਪ ਫੈਲਾਈ ਹੈ ਉਸਨੂੰ ਇਸਨੇ ਆਪ ਹੀ ਸਾਫ਼ ਕਰ ਲੈਣਾ। ਆਖੋ ਸਤਨਾਮ। ਮਹਾਂਪੁਰਸ਼ਾਂ ਤੋਂ ਬਾਅਦ ਅਸਲ ਵਿੱਚ ਕੁਝ ਵੀ ਕਹਿਣ ਨੂੰ ਨਹੀਂ ਰਹਿ ਜਾਂਦਾ। ਆਪ ਜੀ ਰੋਜ਼ ਗੁਰੂ ਦਰਸ਼ਨਾਂ ਲਈ ਆਉਂਦੇ ਹੋ। ਇਹ 22 ਦਿਨ ਦਾ ਜੋ ਕੁੰਭ ਹੈ ਮਹਾਂਪੁਰਸ਼ਾਂ ਨੇ, ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਇਹ ਉਹਨਾਂ ਦੀ ਪ੍ਰਪਾਟੀ ਚਲਾਈ ਹੋਈ, ਇਹ ਉਹਨਾਂ ਦੀ ਹੀ ਅਥਾਹ ਬਖਸ਼ਿਸ਼ ਹੈ ਜੋ ਆਪ ਜੀ ਦੇਖ ਰਹੇ ਹੋ। ਕਿਸੇ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਇੱਕ ਦਿਨ ਵਿਆਹ ਹੋਵੇ ਤੇ ਬੰਦਾ 2 ਸਾਲ ਖਿਲ ਰਿਹਾ ਰਹਿੰਦਾ। 22 ਦਿਨ ਲਗਾਤਾਰ ਸਤਿਗੁਰ ਜੀ ਨੇ ਇਵੇਂ ਹੀ ਕਿਰਪਾ ਕਰਨੀ ਆ। ਆਖੋ ਸਤਨਾਮ। ਇਹ 31 ਸਮਾਗਮ 400 ਸਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ। ਬਾਬਾ ਜੀ ਬਚਨ ਬੜਾ ਸੁੰਦਰ ਕਰ ਰਹੇ ਸੀ ਕਿ ਗੁਰੂ ਵਾਲਾ ਕਿਤੇ ਬਣ ਜਾ। ਇਸ ਦੀ ਅੜਚਣ ਕੀ ਹੈ ਅਸਲ ਵਿੱਚ? ਮੈਂ ਆਪ ਜੀ ਦਾ ਬਹੁਤਾ ਸਮਾਂ ਨਹੀਂ ਲੈਣਾ, ਸਿਰਫ 10 ਮਿੰਟ ਬਾਕੀ, 11 ਵਜੇ ਕੋਸ਼ਿਸ਼ ਕਰਾਂਗਾ ਸਮਾਪਤੀ ਕਰਦਿਆਂ, ਕਿਉਂਕਿ ਆਪ ਜੀ ਨੇ ਦੂਰ ਦੁਰਾਡੇ ਜਾਣਾ ਹੁੰਦਾ। ਇਹ ਨਗੋਰਾ ਰਹਿਣਾ ਕਿਉਂ ਚਾਹੁੰਦਾ? ਆਖੋ ਸਤਨਾਮ। ਬੜਾ ਵੱਡਾ ਇੱਕ ਸਵਾਲ ਹੈ। ਇਸਨੂੰ ਗੁਰੂ ਬਣਨ ਵਿੱਚ ਕੀ ਦੁੱਖ ਆ, ਇਸਨੂੰ ਨਗੋਰਾ ਰਹਿਣ ਵਿੱਚ ਕੀ ਸੁੱਖ ਹੈ? ਆਖੋ ਸਤਨਾਮ। ਜਾਂ ਕਿ ਇਹ ਅਗਿਆਨਤਾ ਬਸ, ਇਸਨੂੰ ਪਤਾ ਹੀ ਨਹੀਂ ਕਿ ਗੁਰੂ ਬਣਨ ਤੋਂ ਬਾਅਦ ਕੀ ਮਿਲਦਾ ਤੇ ਨਗੋਰਾ ਰਹਿਣ ਨਾਲ ਕੀ ਮਿਲਿਆ? ਆਖੋ ਸਤਨਾਮ। ਪੰਕਤੀ ਇੱਥੋਂ ਹੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਵੀ ਤੂੰ ਤੇ ਗੁਰਾਂ ਤੋਂ ਹੀ ਬੇਮੁੱਖ ਹੋ ਗਿਆ, ਤੂੰ ਦੱਸ ਭਵ ਸਾਗਰ ਕਿਵੇਂ ਲੰਘੇਗਾ? ਆਖੋ ਸਤਨਾਮ। ਮਨ ਅਸਲ 'ਚ ਹੁਕਮ ਮਨਾਉਣਾ ਚਾਹੁੰਦਾ ਤੇ ਮੰਨਣਾ ਨਹੀਂ ਚਾਹੁੰਦਾ। ਆਖੋ ਸਤਨਾਮ। ਸਭ ਤੋਂ ਵੱਡੀ ਬਿਮਾਰੀ ਇਸ ਦੀ। ਫਿਰ ਧਿਆਨ ਦੇਣਾ, ਮਨ ਹੁਕਮ ਮਨਾਉਣਾ ਚਾਹੁੰਦਾ, ਮੰਨਣਾ ਨਹੀਂ ਚਾਹੁੰਦਾ। ਤੇ ਗੁਰੂ ਦਰਬਾਰ ਵਿੱਚ ਹੁਕਮ ਚੱਲਦਾ ਨਹੀਂ, ਹੁਕਮ ਮੰਨਣਾ ਤੇ ਕਮਾਉਣਾ ਪੈਂਦਾ। ਆਖੋ ਸਤਨਾਮ। ਮਾਇਆ ਦਾ ਏਡਾ ਪਸਾਰਾ ਹੈ। ਇੱਕ ਦਿਨ ਅਸੀਂ ਇੱਕ ਭਿਖਾਰੀ ਨੂੰ ਮੰਗਦੇ ਦੇਖਿਆ,
ਜੇ ਸੱਜਣ ਤੋਂ ਮੰਗਦਾ ਸੀ ਉਸਨੇ ਨਾ ਕਰ ਦਿੱਤੀ, ਉਸਨੇ ਫਿਰ ਅਲਖ ਦਿਖਾ ਦਿੱਤੀ, ਉਸਨੇ ਫਿਰ ਨਾ ਕੀਤੀ, ਉਸਨੇ ਫਿਰ ਬੇਨਤੀ ਕਰ ਦਿੱਤੀ। ਇਹ ਸੱਜਣ ਨੂੰ ਗੁੱਸਾ ਆ ਗਿਆ, ਇਸਨੇ ਉਸਦੇ ਥੱਪੜ ਮਾਰ ਦਿੱਤਾ। ਆਖੋ ਸਤਨਾਮ। ਅਸੀਂ ਕੁਦਰਤੀ ਦੇਖਦੇ ਸੀ, ਮਨ ਬੜਾ ਖਰਾਬ ਹੋਇਆ, ਲੇਕਿਨ ਇੱਕ ਸੋਝੀ ਆਈ ਕਿ ਦਾਤਾ ਮਾਇਆ ਇੰਨੀ ਪਿਆਰੀ ਆ, ਜਿਹੜਾ ਬੰਦਾ ਮੰਗਣ ਜਾਂਦਾ ਉਹਦੇ ਥੱਪੜ ਮਾਰਦਾ ਤੇ ਉਸਨੂੰ ਧੱਕੇ ਦਿੰਦਾ। ਆਖੋ ਸਤਨਾਮ। ਇਸਦੀ ਚਰਮ ਸੀਮਾ ਸਮਝ ਲੈਣਾ, ਕਦੇ ਕਦੇ ਇਸ ਤੋਂ ਸਾਧੂ ਵੀ ਨਹੀਂ ਬਚਦਾ ਕਹਾਉਣ ਵਾਲਾ ਬੰਦਾ। ਆਖੋ ਸਤਨਾਮ। ਇਸਨੂੰ ਰੱਬ ਦੇ ਪਿਆਰਿਆਂ ਨੇ ਤੀਨ ਲੋਕ ਕੀ ਪਿਆਰੀ ਕਿਹਾ। ਆਖੋ ਸਤਨਾਮ। ਭਗਤਨ ਕੀ ਇਹ ਬੈਰਨ, ਤੀਨ ਲੋਕ ਕੀ ਪਿਆਰੀ। ਤੇ ਜੇ ਸਮਝ ਲਓ ਇਹਦੀ ਵੀ ਸੁਰਤ ਉੱਥੇ ਕੀ ਹੈ, ਤੇ ਇਹ ਵੀ ਸੰਸਾਰੀ ਆ। ਆਖੋ ਸਤਨਾਮ। ਇਹ ਵੀ ਉੱਪਰ ਉੱਠਿਆ ਨਹੀਂ। ਜੇ ਕੋਈ ਆਉਂਦਾ ਹੈ ਨਾ, ਉਹ ਤੇ ਨੀਵਾਂ ਹੋ ਕੇ ਮੰਗਣ ਆਉਂਦਾ। ਆਖੋ ਸਤਨਾਮ। ਸਿਆਣੇ ਕਹਿੰਦੇ ਨੇ ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾਏ, ਹਰ ਤੂੰ ਲਾਹਨਤ ਉਸਦੇ ਜਿਹੜਾ ਹੁੰਦਿਆਂ ਮੁੱਕਰ ਜਾਏ। ਆਖੋ ਸਤਨਾਮ। ਲਾਹਨਤ ਆ ਉਸਦੇ, ਮਾਇਆ ਨੂੰ ਲਿਜਾਣਾ ਕਿੱਥੇ ਆ, ਇਹ ਤਾਂ ਉੱਥੇ ਹੀ ਰਹਿ ਗਈ। ਆ ਬਾਬਾ ਜੀ ਰੋਣ ਵਾਲਿਆਂ ਦੀ ਲਿਸਟ ਪਹਿਲਾਂ ਪੜ੍ਹ ਕੇ ਗਏ ਸਨ ਬਾਬਾ ਗੁਰਦੀਪ ਸਿੰਘ ਜੀ ਤੇ ਬਾਬਾ ਜੀ ਨੇ ਬਈ ਪ੍ਰਮਾਣ ਦਿੱਤਾ ਵੀ ਰੋਣ ਵਾਲਿਆਂ ਦੀ ਲਿਸਟ ਕਿਹੋ ਜਿਹੀ ਆ। ਬਾਲੀ ਰੋਵੇ ਨਾ ਹੈ ਪਤਾਰ। ਇੱਕ ਨਹੀਂ ਰੋਇਆ, ਸੁਹੰਸਰ ਦਾਨ ਦੇ ਇੰਦਰ ਰੋਇਆ, ਪਰ ਸਰਾਮ ਰੋਵੇ ਘਰ ਆਇਆ। ਰੋਇਆ ਰਾਮ ਨਿਕਾਲਾ ਪਾਇਆ, ਸੀਤਾ ਲਖਮਣ ਵਿਛੜ ਗਿਆ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਰੋਏ ਪਾਂਡਵ ਭੈ ਮਜੂਰ ਜਿਨਕੇ ਸਵਾਮੀ। ਸਮੇਂ ਦਾ ਦੁਆਪਰ ਯੁੱਗ ਦਾ ਮਾਲਕ, ਦੁਆਪਰ ਯੁੱਗ ਦੇ ਮਾਲਕ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਕੋਲ ਰਹਿਣ ਪਾਂਡਵਾਂ ਦੇ ਤੇ ਦੁੱਖ ਨਾ ਕੱਟ ਹੋਵੇ। ਆਖੋ ਸਤਨਾਮ। ਆਮ ਬੰਦੇ ਦੀ ਗੱਲ ਛੱਡ ਦਈਏ, ਮੈਂ ਉਹੀ 5 ਮਿੰਟ ਆਪ ਜੀ ਨਾਲ ਸਾਂਝ ਪਾ ਦੇਣੀ ਆ, ਕਿਉਂਕਿ ਕੋਈ ਇਤਿਹਾਸ ਤੇ ਲੰਬਾ ਵਿਚਾਰ ਨਹੀਂ ਛੇੜਿਆ ਜਾ ਸਕਦਾ। ਸਮੇਂ ਦਾ ਦਿਵ ਪੁਰਸ਼ ਸਮੇਂ ਦੇ ਅਵਤਾਰ ਨਾਲ ਹੋਣ, ਇੱਛਾ ਹੈ ਦ੍ਰੋਪਦੀ ਨੂੰ ਕੋਈ ਦੁੱਖ ਨਾ ਹੋਵੇ, 5 ਪਾਂਡਵਾਂ ਨੂੰ ਉਹਨਾਂ ਦਾ ਹਿੱਸਾ ਮਿਲ ਜਾਏ, ਪਰ ਬਾਬਾ ਜੀ ਕਹਿ ਰਹੇ ਸੀ ਨਾ ਕਰਮ ਦੀ ਖੇਤੀ ਵੱਢ ਨਹੀਂ ਹੁੰਦੀ। ਆਖੋ ਸਤਨਾਮ। ਦੇਖਣਾ ਕਿਤੇ ਜ਼ੁਬਾਨ ਨਾਲ ਬੀਜ ਨਾ ਬਹਿਣਾ। ਜਿਹੜਾ ਬੰਦਾ ਫਿੱਕੀ ਜ਼ੁਬਾਨ ਬੋਲਦਾ ਨਾ, ਉਸਨੂੰ ਇੱਕ ਬਹੁਤ ਵੱਡੀ ਸਜ਼ਾ ਮਿਲ ਜਾਂਦੀ ਇੱਕ ਦਿਨ, ਖਿਆਲ ਰੱਖਣਾ। ਆਖੋ ਸਤਨਾਮ। ਨਿਮਰਤਾ ਜਿਹੜੀ ਹੈ ਨਾ, ਉਹ ਬੁਜ਼ਦਿਲੀ ਨਹੀਂ ਹੁੰਦੀ। ਕਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ, ਨਿਮਰਤਾ ਹਲੀਮੀ ਤੇ ਸਬਰ ਬੁਜ਼ਦਿਲੀ ਨਹੀਂ ਹੁੰਦੀ, ਉਹ ਤੇ ਰੱਬ ਦੇ ਪਿਆਰਿਆਂ ਦਾ ਗਹਿਣਾ ਹੁੰਦਾ। ਆਖੋ ਸਤਨਾਮ। ਉਹ ਤੇ ਰੱਬ ਦੇ ਪਿਆਰਿਆਂ ਦਾ ਗਹਿਣਾ ਹੁੰਦਾ। ਉਹ ਬੋਲਦੇ ਨਹੀਂ, ਸਭ ਕੁਝ ਜਰ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਮਾਇਆ ਮਿੱਟੀ ਆ। ਆਖੋ ਸਤਨਾਮ। ਸਭ ਕੁਝ ਤੇ ਜਰ ਜਾਂਦੇ ਨੇ ਰੱਬ ਦੇ ਪਿਆਰੇ, ਪਰ ਗੁਰੂ ਦੇ ਪਿਆਰਿਆਂ ਦਾ ਨਿਰਾਦਰ ਨਹੀਂ ਜਰਦੇ।
ਖਿਆਲ ਰੱਖਣਾ ਜਦੋਂ ਪੱਟ ਸਿੜਦਾ ਜਦ ਉਹਦੇ ਧਿਆਨ ਚ ਆ ਜਾਏ ਆਖੋ ਸਤਨਾਮ। ਮੈਂ ਬੇਨਤੀ ਕਰ ਰਿਹਾ ਸੀ ਰੋਣ ਵਾਲਿਆਂ ਦੀ ਲਿਸਟ। ਬਾਬਾ ਜੀ ਅਜੇ ਦਾ ਇੱਕ ਬਚਨ ਸੁਣਾ ਰਹੇ ਸੀ, ਪਹਿਲਾਂ ਵਡਿਆਈ ਖਾਣ ਦੀ ਲਿਧ ਦੀ ਇੱਛਾ ਸੀ ਇਸ ਅਜੇ ਦੇ ਅੰਦਰ, ਆਖੋ ਸਤਨਾਮ। ਧਿਆਨ ਦੇਣਾ ਜ਼ਰਾ, ਅਜੇ ਸਰੋਏ ਭੀਖਿਆ ਖਾਏ ਬਾਬਾ ਜੀ ਇਸ ਦੀ ਉਦਾਹਰਣ ਦੇ ਰਹੇ ਸੀ। ਪਹਿਲੇ ਤੇ ਅਜੇ ਦੇ ਅੰਦਰ ਰਾਜੇ ਅਜੇ ਦੇ ਅੰਦਰ ਇੱਕ ਇੱਛਾ ਸੀ ਕਿ ਮੈਂ ਵੱਡਾ ਦਾਨੀ ਹਾਂ ਤਾਂ ਮੇਰਾ ਸੰਸਾਰ ਮੇਰੀ ਵਡਿਆਈ ਕਰੇ। ਪਹਿਲਾਂ ਤੇ ਵਡਿਆਈ ਦੀ ਲਿਧ ਖਾਂਦਾ ਸੀ, ਜਦ ਪਤਾ ਲੱਗਿਆ ਨਰਕਾਂ ਨੂੰ ਜਾਣਾ ਪੈਣਾ, ਹੁਣ ਨਿੰਦਿਆ ਦੀ ਲਿਧ ਖਾਣ ਨੂੰ ਵੀ ਤਿਆਰ ਆ। ਆਖੋ ਸਤਨਾਮ। ਰੱਬ ਦੇ ਪਿਆਰਿਆਂ ਲਈ ਵਡਿਆਈ ਤੇ ਨਿੰਦਾ ਦੋਨੋਂ ਲਿਧ ਨੇ, ਪਰੇ ਸੁੱਟ ਦਿੰਦੇ ਨੇ। ਆਖੋ ਸਤਨਾਮ। ਧਿਆਨ ਦੇਣਾ ਪਿਆਰਿਓ, ਸਤਿਗੁਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਬਾਲੀ ਰੋਵੈ ਨਾ ਹੈ ਪਤਾਰ। ਛੋਟੇ ਭਰਾ ਦੀ ਇਸਤਰੀ ਸੁਗਰੀਵ ਦੀ ਧੱਕੇ ਨਾਲ ਵਰ ਲਈ। ਆਖੋ ਸਤਨਾਮ। ਰੋਂਦੇ ਕਿਉਂ ਨੇ? ਉਹਦਾ ਕਾਰਨ ਮੈਂ ਬੀਜੇ ਦੀ ਗੱਲ ਕਰ ਰਿਹਾ ਸੀ। ਆ ਦ੍ਰੋਪਦੀ ਬੀਜ ਬੈਠੀ ਬੋਲ ਕੇ ਅੰਨੇ ਦੇ ਅੰਨੇ ਹੀ ਰਹੇ। ਆਖੋ ਸਤਨਾਮ। ਇਹ ਜ਼ਬਾਨ ਨਾਲ ਵੀ ਬੀਜਦਾ ਤੇ ਖਾਣਾ ਜਦ ਪੈਂਦਾ ਨਾ ਫਿਰ ਥੱਪੜ ਪੈਂਦੇ ਨੇ। ਆਖੋ ਸਤਨਾਮ। ਮੂੰਹ ਕਾਲਾ ਹੁੰਦਾ ਪਰ ਸਬਰ ਸੰਤੋਖ ਵਿੱਚ ਬੰਦੇ ਨੂੰ ਰਹਿਣਾ ਚਾਹੀਦਾ। ਦੁਨੀਆਂ ਦੇ ਥੱਪੜ ਤਾਂ ਜਰ ਲੈਂਦਾ ਬੰਦਾ ਪਰ ਕਾਲ ਦਾ ਥੱਪੜ ਜਰਨਾ ਬਹੁਤ ਬੁਰਾ ਹੋ ਪਿਆਰਿਓ। ਆਖੋ ਸਤਨਾਮ। ਬੜਾ ਕਠਨ। ਛੋਟੇ ਭਰਾ ਦੀ ਇਸਤਰੀ ਸੁਗਰੀਵ ਨੇ ਖਿਮਾ ਕਰਨਾ, ਬਾਲੀ ਨੇ ਧੱਕੇ ਨਾਲ ਵਰ ਲਈ। ਜਦ ਮਾਰਿਆ ਨਾ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਨੇ, ਕਹਿੰਦੇ ਤੁਸੀਂ ਸਾਨੂੰ ਵਿਆਦ ਦੀ ਨਿਆਈ ਮਾਰਿਆ, ਐਡੀ ਮਾੜੀ ਮੌਤ। ਓਹੋ ਕੀ ਕਹਿੰਦੇ ਭਗਵਾਨ ਰੇ ਸੱਠ ਸੱਠ ਮੂਰਖ ਨੂੰ ਕਹਿੰਦੇ ਨੇ, ਕਹਿੰਦੇ ਉਹ ਮੂਰਖਾ ਉਹ ਛੋਟੇ ਭਰਾ ਦੀ ਇਸਤਰੀ ਧੀ ਵਰਗੀ ਹੁੰਦੀ ਆ। ਆਖੋ ਸਤਨਾਮ। ਛੋਟੇ ਭਰਾ ਦੀ ਬਹੂ ਧੀ ਵਰਗੀ ਹੁੰਦੀ ਆ, ਮੂਰਖਾ ਇਹ ਤਾਂ ਅਜੇ ਛੋਟੀ ਮੌਤ ਆ। ਤੂੰ ਕਦੇ ਮੌਤ ਦੇਖੀ ਨੀ ਅਜੇ ਦੁਸ਼ਟਾਂ ਦੀ? ਦੁਸ਼ਟ ਦੀ ਮੌਤ ਜਦ ਮਾਰਦੇ ਨੇ ਨਾ ਰੱਬ ਦੇ ਪਿਆਰੇ, ਫਿਰ ਪਾਣੀ ਨੀ ਲੱਭਦਾ। ਆਖੋ ਸਤਨਾਮ। ਬਸ ਕੋਈ ਬੇਨਤੀ ਕਰਾਂਗਾ, ਬੀਜਣ ਲੱਗੇ ਦੇਖ ਲੈਣਾ। ਆਖੋ ਸਤਨਾਮ। ਬੀਜਣ ਲੱਗੇ ਦੇਖ ਲੈਣਾ ਕਿ ਇੰਨਾ ਨਿਰਾਦਰ ਨਾ ਹੋ ਜਾਏ, ਇੰਨੀ ਖੁਆਰੀ ਨਾ ਹੋ ਜਾਏ ਕਿਤੇ ਕਿ ਨਰਕ ਵੀ ਨਾ ਮਿਲੇ। ਆਖੋ ਸਤਨਾਮ। ਇਹ ਮਿੱਟੀ ਅਗਰ ਸਾਧ ਸੰਗਤ ਤੇ ਲੱਗ ਗਈ, ਇਹ ਲਾਹਾ ਮਿਲ ਜਾਣਾ ਇਸ ਮਾਇਆ ਦਾ, ਜੇ ਕਿਤੇ ਘਰਦਿਆਂ ਤੇ ਲੱਗ ਗਈ ਫਿਰ ਤੇ ਕੁੰਬੀ ਨਰਕ ਹੈਗਾ ਹੀ ਆ। ਆਖੋ ਸਤਨਾਮ। ਪਿਆਰੇ ਉਹ 11 ਵੱਜ ਗਏ ਨੇ, ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਆਪ ਜੀ ਨੂੰ ਬੇਨਤੀ ਕਰ ਰਹੇ ਸੀ ਭਾਈ ਸਾਹਿਬ ਜੀ, ਅੰਮ੍ਰਿਤ ਛਕਣ ਦੀ ਅੰਦਰੋਂ ਭੁੱਖ ਬਣਾਈਏ। 28 ਤਰੀਕ ਨੂੰ ਸਵੇਰੇ ਤਕਰੀਬਨ 9:30 ਵਜੇ ਸ੍ਰੀ ਕੇਸਗੜ੍ਹ ਸਾਹਿਬ ਤੋਂ ਗੁਰੂ ਦੇ ਪਿਆਰੇ ਆਉਣਗੇ, ਕਿਉਂਕਿ 400 ਸਾਲਾਂ ਨੂੰ ਸਮਰਪਿਤ ਸਮਾਗਮ ਹੈ। ਜੇ ਅਗਰ ਆਪ ਜੀ ਹੁਣ ਵੀ ਲਾਹਾ ਨਾ ਲੈ ਸਕੇ, ਅਸੀਂ ਤਾਂ ਇਹ ਸਮਝਦੇ ਹਾਂ
ਕਿ ਕੇਸਗੜ੍ਹ ਸਾਹਿਬ ਤੋਂ ਗੁਰੂ ਕੇ ਸਿੰਘ ਨਹੀਂ ਆ ਰਹੇ, ਸਤਿਗੁਰ ਆਪ ਆ ਰਹੇ ਨੇ। ਆਖੋ ਸਤਨਾਮ ਮਨ ਬਣਾਈਏ। ਅਜੇ 15 ਤਰੀਕ ਆ ਜਾ। ਮਹਾਂਪੁਰਸ਼ਾਂ ਨੇ ਕਿੰਨਾ ਜ਼ੋਰ ਲਾਇਆ, ਮੁੜਕੋ ਮੁੜਕੀ ਹੋ ਰਹੇ ਸੀ, ਪਤਾ ਕਿਉਂ? ਸਾਡੇ ਅੰਦਰੋਂ ਖੋਟ ਨਿਕਲ ਜਾਏ ਕਿਤੇ, ਆਖੋ ਸਤਨਾਮ, ਸਾਡੇ ਅੰਦਰੋਂ ਮੈਲ ਨਿਕਲ ਜਾਏ। ਕਹਿੰਦੇ ਨਾ ਕਲਗੀਆਂ ਵਾਲੇ ਨੇ ਸਾਂਝ ਪਾ ਲਾ, ਆਖੋ ਸਤਨਾਮ। ਕਹਿ ਤਾਂ ਰਹੇ ਸੀ ਰੱਬ ਦੇ ਪਿਆਰੇ, ਦਾਤਾ ਤੇਰੇ ਵਰਗਾ ਕੋਈ ਦੇਖਿਆ ਨਹੀਂ, ਆਖੋ ਸਤਨਾਮ। ਬੇਨਤੀ ਕਰ ਰਹੇ ਸੀ ਨਾ ਮਹਾਂਪੁਰਸ਼ ਕੇ ਰੋਣ ਵਾਲਿਆਂ ਦੀ ਲਿਸਟ, ਜਦੋਂ ਉਹ ਲਿਤ ਰਹਿ ਗਈ ਨਾ ਉਨੀ ਜਿੰਨੀ ਕੁ ਦਿੱਤੀ ਸੀ ਮਹਾਂਪੁਰਸ਼ਾਂ ਕੋਲ, ਫਿਰ ਚਲਾ ਗਿਆ। ਮਹਾਂਪੁਰਸ਼ ਉਹ ਤਾਂ ਬਾਕੀ ਆ, ਆਖੋ ਸਤਨਾਮ। ਕਹਿੰਦੇ ਸਾਰੇ ਸ਼ਹਿਰ ਨੇ ਤੇਰੀ ਨਿੰਦਿਆ ਕਰ ਦਿੱਤੀ, ਪਰ ਇੱਕ ਤੇਲੀ ਆ ਉਸਨੇ ਤੇਰੀ ਨਿੰਦਿਆ ਨਹੀਂ ਕੀਤੀ, ਆਖੋ ਸਤਨਾਮ। ਉਹ ਨਿੰਦਿਆ ਕਰਦੇ ਬਸ ਇਹ ਜਿਹੜਾ ਬੀਜ ਆ ਨਾ ਇਸ ਲਿਦ ਦਾ, ਇਹ ਵੀ ਨਾਸ਼ ਹੋ ਜਾਊ, ਆਖੇ ਸਤਨਾਮ। ਭੇਸ ਬਦਲ ਕੇ ਚਲਾ ਗਿਆ। ਬ੍ਰਹਮ ਗਿਆਨੀ ਸੀ ਗੁਰਮੁਖ ਪਿਆਰੇ, ਜਾ ਕੇ ਗੱਲਾਂ ਕਰਨ ਲੱਗ ਪਿਆ, ਸੁਣਦੇ ਗਏ ਸੁਣਦੇ ਗਏ। ਹੁਣ ਬਹਾਨਾ ਤੇ ਉਹ ਪਾਉਣਾ ਸੀ, ਕਹਿੰਦੇ ਜੀ ਤੁਹਾਨੂੰ ਪਤਾ। ਕਹਿੰਦੇ ਕੀ? ਕਹਿੰਦੇ ਉਹ ਰਾਜਾ ਜਨਾਨੀ ਲਈ ਫਿਰਦਾ, ਨਾਲੇ ਘੋੜੇ ਤੇ ਸ਼ਰਾਬ ਪੀ ਕੇ ਬੁਲਬਲੀਆਂ ਮਾਰਦਾ। ਕਹਿੰਦਾ ਸੁਣ, ਉਹ ਮੈਂ ਕਿਸੇ ਦੀ ਲਿੱਦ ਨਹੀਂ ਖਾਣੀ, ਆਖੋ ਸਤਨਾਮ। ਅਸੀਂ ਰੋਜ਼ ਲਿੱਦ ਖਾਂਦੇ ਸਾਰਾ ਦਿਨ, ਲਿੱਦ ਤੋਂ ਬਗੈਰ ਕੁਝ ਖਾਂਦੇ ਹੀ ਨਹੀਂ, ਆਖੋ ਸਤਨਾਮ। ਤੁਸੀਂ ਦੱਸੋ ਜਿਹੜਾ ਲਿੱਦ ਖਾਂਦਾ ਉਹ ਬੰਦਾ ਹੋ ਸਕਦਾ? ਆਖੋ ਸਤਨਾਮ। ਜਿਹੜਾ ਲਿੱਦ ਖਾ ਜਾਏ ਉਹ ਬੰਦਾ ਹੋ ਸਕਦਾ? ਕਦੇ ਵਡਿਆਈ ਦੀ ਲਿੱਦ ਖਾਂਦਾ, ਕਦੇ ਨਿੰਦਿਆ ਦੀ ਲਿੱਦ ਖਾਂਦਾ, ਸੁਭਾਅ ਲਿੱਦ ਖਾਣ ਦਾ ਪੈ ਗਿਆ। ਸਤਿਗੁਰ ਕਿਤੇ ਕਿਰਪਾ ਕਰਦਾ, ਪਤਾ ਤਾਂ ਲੱਗੇ ਕਿ ਗੁਰਮੁਖ ਪਿਆਰੇ ਆ ਰਹੇ ਸ਼੍ਰੀ ਕੇਸਗੜ੍ਹ ਸਾਹਿਬ ਤੋਂ, ਜਗ੍ਹਾ ਨਾ ਮਿਲੇ ਅੰਮ੍ਰਿਤ ਛਕਣ ਵਾਲਿਆਂ ਦੀ, ਇੰਨੀ ਸੰਗਤ ਹੋ ਜਾਏ, ਆਖੋ ਸਤਨਾਮ। ਅੱਜ 15 ਤਰੀਕ ਹੋ ਗਈ ਹੈ ਤੇ 28 ਲਾਸਟ ਆ, 15 10 25 ਤੇ 3 28, 13 ਦਿਨ ਬਾਕੀ ਨੇ। ਧੰਨ ਗੁਰੂ ਨਾਨਕ ਸਾਹਿਬ ਨੇ ਵੀ 13 ਦੀ ਗੱਲ ਕੀਤੀ ਆ, ਆਖੋ ਸਤਨਾਮ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੀ 13 ਦਾ ਹੀ ਬਚਨ ਕੀਤਾ, ਅਸਲ 'ਚ ਆ 13 ਨਹੀਂ, ਪੰਜ ਕਰਮ ਇੰਦਰੀਆਂ, ਪੰਜ ਗਿਆਨ ਇੰਦਰੀਆਂ, 10, 11ਵਾਂ ਮਨ ਤੇ 12ਵੀਂ ਬੁੱਧੀ। ਬੁੱਧੀ ਤੋਂ ਉੱਪਰ ਉੱਠ ਕੇ ਜਦ ਆ ਜਾਂਦਾ ਫਿਰ 13 ਹੀ 13 ਕਰਦਾ, ਆਖੋ ਸਤਨਾਮ। ਕਿਤੇ 13ਵੇਂ ਤੇ ਆ ਜਾਏ, ਕਿਤੇ ਗੁਰੂ ਕਿਰਪਾ ਹੋ ਜਾਏ। ਆਖਰੀ ਪੰਕਤੀ ਪੜ੍ਹੀਏ, ਮੈਂ ਜਾਣਦਾ ਕਿ ਆਪ ਜੀ ਕਾਲੇ ਹੋ, ਆਖੋ ਸਤਨਾਮ। ਆਖਰੀ ਪੰਕਤੀ ਪੜ੍ਹੀਏ, ਆਨੰਦ ਸਾਹਿਬ ਜੀ ਦਾ ਪਾਠ ਕਰੀਏ। ਕੋਈ ਰਸਨਾ ਵਿਹਲੀ ਨਾ ਰਵੇ, ਚਰਨਾਂ ਵਿੱਚ ਜੋੜੋ ਜੀ ਔਗਣਾ ਤੱਕਣਾ ਦਾਤਾ, ਚਰਨਾਂ ਵਿੱਚ ਜੋੜੋ ਜੀ ਔਗਣਾ ਤੱਕਣਾ ਦਾਤਾ, ਔਗਣਾ ਤੱਕਣਾ ਦਾਤਾ।
ਸਤਸੰਗਤ ਜੀ ਜਦੋਂ ਆਪ ਜੀ ਉਚਾਰਨ ਕਰੋਗੇ ਨਾ ਵਾਹਿਗੁਰੂ ਦਾ, ਪਾਤਸ਼ਾਹ ਪੁੱਤਰ ਕੀ ਕਹਿੰਦੇ ਨੇ, ਜਿੰਨੇ ਜ਼ੋਰ ਨਾਲ ਬੋਲ ਸਕਦਾ ਉਹ ਬੋਲ, ਕਿਉਂਕਿ 3.5 ਕਰੋੜ ਜਿਹੜਾ ਸੈੱਲ ਆ ਨਾ, ਜਿਉਂ ਹੀ ਆਪ ਜੀ ਉਚਾਰਨ ਕਰਦੇ ਹੋ, ਜਦੋਂ ਨਾਮ ਕਮਲ ਤੇ ਸੱਟ ਵੱਜਦੀ ਆ ਤੇ ਕਾਮ ਦੇ ਦੁਆਰ ਨਸ਼ਟ ਕਰ ਦਿੰਦਾ ਹੈ। ਆਖੋ ਸਤਨਾਮ। ਜਦੋਂ ਦਸਮ ਦੁਆਰ ਤੇ ਜਾ ਕੇ ਚੋਟ ਵੱਜਦੀ ਆ ਤੇ ਨਾਮ ਦੇ ਦੁਆਰ ਖੁੱਲ ਜਾਂਦੇ ਨੇ। ਆਖੋ ਸਤਨਾਮ। ਇਹਨੂੰ ਕਹਿੰਦੇ ਨੇ ਉਚਾਰਨ ਕਰਨਾ। ਉਹ ਫਿਰ ਜਿਹੜੇ 3.5 ਕਰੋੜ ਸੈੱਲ ਨੇ ਨਾ, ਦੇ ਗੈਟ ਇਨ ਲਾਈਨ ਵਿਦ ਦੈਟ, ਜਿੱਦਾਂ ਕਹਿ ਦਈਏ ਸਿੱਧੇ ਹੋ ਜਾਂਦੇ ਨੇ, ਪੋਜ਼ਿਟਿਵ ਹੋ ਜਾਂਦੇ ਨੇ, ਇੱਕ ਲਾਈਨ ਵਿੱਚ ਹੋ ਜਾਂਦੇ ਨੇ, ਫਿਰ ਅੰਦਰੋਂ ਸ਼ਬਦ ਵੱਜਣਾ ਸ਼ੁਰੂ ਹੋ ਜਾਂਦਾ। ਆਖੋ ਸਤਨਾਮ। ਨਾ ਬਹੁਤਾ ਜਾਵਾਂ, ਫਿਰ 11:15 ਹੋ ਗਿਆ। ਆਓ ਆਨੰਦ ਸਾਹਿਬ ਜੀ ਦਾ ਪਾਠ ਕਰੀਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ, ਇੱਕ
ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋ ਸੀ ਭੀ ਸੱਚ ਪੌੜੀ ਯਾ ਤੂੰ ਮੇਰੇ ਵਾਲ ਯਾ ਤੂੰ ਮੇਰੇ ਵਾਲ ਸੇਵਾ ਕਰਦੇ ਹੋਏ ਬੇਅੰਤ ਭੁੱਲਾਂ ਹੋ ਗਈਆਂ। ਅੱਖਰ ਦਾ ਵਾਅਦਾ ਕਾਟਾ ਖਿਮਾ ਕਰਨਾ ਮਹਾਂਪੁਰਸ਼ਾਂ ਦੇ ਕੋਟਨ ਕੋਟ ਵਰਤਨਵਾਦੀ ਹਾਂ। ਆਪਣੇ ਰਜੇਵਿਆਂ ਨੂੰ ਤਿਆਗ ਕੇ ਆਪ ਜੀ ਦੇ ਦਰਸ਼ਨ ਦੀਦਾਰਿਆਂ ਲਈ ਆਉਂਦੇ ਨੇ, ਪ੍ਰੇਮ ਦੇ ਵੱਜੇ ਹੋਏ ਆਉਂਦੇ ਨੇ। ਸੰਤ ਬਾਬਾ ਦਲੇਲ ਸਿੰਘ ਜੀ ਜੋ ਦੁਨੀਆਂ 'ਚ ਨਹੀਂ ਰਹੇ, ਬੜੇ ਬਜ਼ੁਰਗ ਸਨ, ਜਦ ਮਾਈਕ ਦੇ ਅੱਗੇ ਅੱਠ ਕੇ ਬੈਠ ਗਏ ਤੇ ਸੈਕਟਰੀ ਸਾਹਿਬ ਕਹਿਣ ਲੱਗੇ ਜੀ ਬਾਬਾ ਜੀ 2 ਘੰਟੇ ਲਈ ਹੁਣ ਪ੍ਰਦਰਸ਼ਨ ਸੁਣਾਉਣਗੇ। ਮਹਾਂਪੁਰਸ਼ ਚੁੱਪ ਰਹੇ, ਫਿਰ ਬੋਲ ਦਿੱਤਾ। ਮਹਾਂਪੁਰਸ਼ ਫਿਰ 15-20 ਮਿੰਟ ਬੈਠੇ ਰਹੇ, ਫਿਰ ਬੋਲਣ ਲੱਗੇ ਬਾਬਾ ਜੀ 2 ਘੰਟੇ ਸੁਣਾਉਣਗੇ। ਕਹਿੰਦੇ ਉਹ ਗੱਲ ਸੁਣ, ਤੇਰੇ ਪਿਓ ਦੇ ਵਧੇ ਆ, ਆਖੋ ਸਤਨਾਮ, ਮੌਜਾ ਹੀ ਬੋਲਾਂਗੇ, ਮੌਜਾ ਹੀ ਨਾ ਬੋਲਾਂਗੇ, ਆਖੋ ਸਤਨਾਮ। ਰੱਬ ਦੇ ਪਿਆਰੇ ਕਿਸੇ ਦੇ ਬੱਜੇ ਨਹੀਂ ਹੁੰਦੇ, ਉੱਥੇ ਪ੍ਰੇਮ ਦੇ ਪੁਜਾਰੀ ਹੁੰਦੇ ਨੇ, ਪ੍ਰੇਮ ਦੀ ਉਹਨਾਂ ਦੇ ਅੰਦਰ ਭੁੱਖ ਹੁੰਦੀ ਆ, ਆਖੋ ਸਤਨਾਮ। ਕੋਈ ਮਹਾਤਮਾ ਜਾ ਰਹੇ ਸੀ ਰਸਤੇ ਵਿੱਚ, ਉਹਨਾਂ ਦੀਆਂ ਜਟਾਵਾਂ ਕਹਿ ਲਈਏ ਵਾਲ ਅੱਗੇ ਮੂੰਹ 'ਚ ਪੈਣ, ਪਿੱਛੋਂ ਹਵਾ ਚੱਲਦੀ ਸੀ, ਉਹ ਮੁੜ ਪਏ। ਪਿੱਛੇ ਨੂੰ ਕੋਈ ਸੱਜਣ ਦੇਖਦਾ ਸੀ, ਪੁੱਛਣ ਲੱਗਾ ਬਾਬਾ ਜੀ ਪਹਿਲਾਂ ਤੁਸੀਂ ਇੱਧਰ ਨੂੰ ਜਾਂਦੇ ਸੀ, ਹੁਣ ਤੁਸੀਂ ਐਂ ਨੂੰ ਚੱਲ ਪਏ। ਕਹਿੰਦਾ ਗੁਰਮੁਖਾ ਆਪਣੇ ਕਿਹੜਾ ਨਾਨਕਿਆ, ਇੱਧਰ ਆਖੋ ਸਤਨਾਮ। ਸਿਮਰਨ ਵਿੱਚ ਵਾਅਦਾ ਪੈਂਦੀ ਸੀ, ਵਾਲ ਮੂੰਹ 'ਚ ਪੈਂਦੇ ਸੀ, ਅਸੀਂ ਕਿਹਾ ਇੱਧਰ ਨੂੰ ਚੱਲ ਪੈਂਦੇ ਨੇ। ਮਹਾਂਪੁਰਸ਼ਾਂ ਦੀ ਤਾਂ ਚਾਰ ਚੱਕ ਜਗੀਰ ਹੁੰਦੀ ਆ, ਮੈਲਾ ਤੇ ਮਨ ਇਹ ਹੀ ਹੁੰਦਾ। ਮੈਂ ਇੱਕ ਬੇਨਤੀ ਕਰਦੇ ਹਾਂ, ਆਖੀ ਮੈਂ ਕਰ ਦੇਣਾ, ਪਰਾਈ ਮਾਇਆ ਗਿਣ ਨਾਲ ਨਾ ਹੱਥ ਕਾਲੇ ਹੋ ਜਾਂਦੇ ਨੇ। ਆ ਜਿਹੜੀ ਮਾਇਆ ਆਪ ਜੀ ਦਿੰਦੇ ਹੋ ਨਾ ਗੁਰੂ ਦਰਬਾਰ ਵਿੱਚ, ਕਦੇ ਕਦੇ ਧਿਆਨ ਵਿੱਚ ਹੀ ਆਉਂਦਾ ਰਹਿੰਦਾ, ਕਿਤੇ ਗਲਤ ਨਾ ਪ੍ਰਯੋਗ ਹੋ ਜਾਏ ਇਸ ਦਾ। ਦਾਤਾ ਇਹਦੀ ਤਾਂ ਇੰਨੀ ਮਤ ਨਹੀਂ, ਕਿਰਪਾ ਕਰ ਦੇਣਾ ਇਸਦਾ ਮੋਹ ਨਾ ਪੈ ਜਾਏ।
ਦੂਜਿਆਂ ਦੀ ਮਾਇਆ ਗਿਣ ਨਾਲ ਹੱਥ ਕਾਲੇ ਹੋ ਜਾਂਦੇ ਨੇ, ਰੱਬ ਨਾ ਕਰੇ ਕਿਤੇ ਘੱਟ ਜਾਏ ਤਾਂ ਮੂੰਹ ਕਾਲਾ ਹੋ ਜਾਂਦਾ। ਆਖੋ ਸਤਨਾਮ, ਗੁਰੂ ਕਿਰਪਾ ਕਰੇ, ਆਓ ਅਰਦਾਸ ਵਿੱਚ ਸ਼ਾਮਿਲ ਹੋਈਏ। ਮਹਾਂਪੁਰਸ਼ਾਂ ਤੋਂ ਫਿਰ ਧੰਨਵਾਦੀਆਂ, ਕੋਟਨ ਕੋਟ ਵਾਰ ਪਿਆਰ ਦਿੰਦੇ ਨੇ ਜੋ ਇਸ ਕਾਬਲ ਵੀ ਨਹੀਂ ਅਸੀਂ ਤੇ। ਆਖੋ ਸਤਨਾਮ, ਆਓ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਤਾ ਰਹਾਉ ਸਤਿਗੁਰ ਨਾਮ ਨਿਧਾਨ ਦਿਰੜਾਇਆ ਚਿੰਤਾ ਸਗਲ ਵਿਨਾਸੀ ਕਰ ਕਿਰਪਾ ਆਪਣਾ ਕਰ ਲੀਨਾ ਮਨ ਵਸਿਆ ਅਵਿਨਾਸੀ ਤਾਕੋ ਵਿਘਨ ਨਾ ਕੋ ਲਾਗਾ ਜੋ ਸਤਿਗੁਰ ਆਪਣਾ ਰਾਖੀ ਚਰਨ ਕਮਲ ਵਸੀ ਰਿਦ ਅੰਤਰ ਅੰਮ੍ਰਿਤ ਹਰ ਰਸ ਚਾਖੀ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਕਾ ਬਲਿਹਾਰਾ ਜਿਨ ਪੂਰਨ ਪੈਜ ਰਖਾਈ
ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ। ਨਾਨਕ ਦਾਸ ਤਾਕੈ ਬਲਿਹਾਰਾ, ਜਿਨ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਨਗਰ ਵੱਲ ਸੰਸਕ੍ਰਿਤ ਕੀਤਾ ਜਾਂਦਾ ਹੈ। ਆਪ ਜੀ ਨੂੰ ਪਤਾ ਹੀ ਹੈ ਕਿ ਜੇ 101 ਸ੍ਰੀ ਅਖੰਡ ਸਾਹਿਬ ਜੀ ਦੇ ਸੰਬੰਧ ਵਿੱਚ 9 ਸ੍ਰੀ ਅਖੰਡ ਸਾਹਿਬ ਦੀ 5ਵੀਂ ਲੜੀ ਪ੍ਰੰਭ ਹੋ ਚੁੱਕੀ ਹੈ।